ਤੁਸੀਂ ਵੇਖ ਰਹੇ ਹੋ ਲਿਬਰਲ ਟੀਵੀ ਮੁੱਦਾ ਚਾ ਪ੍ਰੋਗਰਾਮ ਚ ਤੁਹਾਡਾ ਸਵਾਗਤ ਹੈ ਜੀ। ਮੁੱਦਾ ਪੰਜਾਬ ਦੇ ਪਿੰਡਾਂ ਦੇ ਵਿੱਚ, ਪੰਜਾਬ ਦੇ ਸਰਹੱਦੀ ਪਿੰਡਾਂ ਦੇ ਵਿੱਚ, ਪੰਜਾਬ ਦੇ ਦਰਿਆਵਾਂ ਦੀ ਮਾਰ ਹੇਠ ਆਏ ਪਿੰਡਾਂ ਦੇ ਵਿੱਚ ਜ਼ਿੰਦਗੀ ਲੀਹ 'ਤੇ ਪਰਤਣ ਲੱਗੀ ਹੈ। ਖਾਸ ਕਰ ਸਰਹੱਦੀ ਖੇਤਰ ਫਿਰੋਜ਼ਪੁਰ ਖੇਤਰ, ਉਸ ਖੇਤਰ ਦੇ ਪਿੰਡਾਂ ਦੇ ਵਿੱਚ ਜਦੋਂ ਦਰਿਆ ਦੀ ਆਮਦ ਘਟੀ, ਦਰਿਆ ਦੀ ਮਾਰ ਘਟੀ, ਪਾਣੀ ਦਾ ਪੱਧਰ ਘਟਿਆ, ਤਾਂ ਚਾਹੇ ਉਹ ਰਾਹਤ ਕੈਂਪ ਸੀ ਜਾਂ ਰਿਸ਼ਤੇਦਾਰਾਂ ਮਿੱਤਰਾਂ ਸੱਜਣਾਂ ਦੇ ਘਰਾਂ ਡੇਰੇ ਸੀ, ਉੱਥੋਂ ਪਰਿਵਾਰਾਂ ਨੇ, ਪਿੰਡ ਵਾਸੀਆਂ ਨੇ, ਕਿਸਾਨਾਂ ਨੇ, ਪਿੰਡ ਦੇ ਹੋਰ ਘਰਾਣਿਆਂ ਨੇ ਪਰਤਣਾ ਸ਼ੁਰੂ ਕੀਤਾ। ਅਤੇ ਜਦੋਂ ਪਿੰਡਾਂ ਨੂੰ ਪਰਤੇ ਤਦ ਇੱਕ ਪੀੜ ਭਰੀ ਤਸਵੀਰ ਉਹਨਾਂ ਮੂਹਰੇ ਨਜ਼ਰ ਆਉਂਦੀ ਹੈ। ਜੀ ਹਾਂ, ਫਿਰੋਜ਼ਪੁਰ ਦੇ ਸਰਹੱਦੀ ਖੇਤਰਾਂ ਦੇ ਪਿੰਡ, ਉਹਨਾਂ ਪਿੰਡਾਂ 'ਚ ਜਿਨ੍ਹਾਂ 'ਚ ਦਰਿਆ ਚੜ੍ਹਾਇਆ ਅਤੇ ਖੇਤਾਂ ਨੂੰ ਹੜਾ ਕੇ ਲੈ ਗਿਆ, ਜਿੱਥੇ ਕਦੇ ਫਸਲ ਲਹਿਰਾਉਂਦੀ ਸੀ ਉੱਥੇ ਹੁਣ ਰੇਤ ਦੇ ਟਿੱਬੇ ਬਣੇ ਨੇ। ਉੱਥੇ 6 ਤੋਂ 10-10 ਫੁੱਟ ਤੱਕ ਰੇਤ ਚੜ੍ਹਿਆ ਅਤੇ ਘਰ ਕਈ ਨੀਹਾਂ ਕਮਜ਼ੋਰ ਕਾਰਨ ਢਹਿ ਗਏ ਅਤੇ ਕਈਆਂ ਦੀਆਂ ਨੀਹਾਂ 'ਚ ਪਾਣੀ ਇੰਨਾ ਵਹਿ ਗਿਆ ਕਿ ਛੱਤਾਂ ਡਿੱਗਣ ਕਿਨਾਰੇ ਨੇ ਅਤੇ ਕੰਧਾਂ ਡਿੱਗਣ ਕਿਨਾਰੇ ਨੇ। ਜੀ ਹਾਂ, ਪਾਣੀ ਦੀ ਮਾਰ ਕਾਰਨ ਪਿੰਡਾਂ 'ਚ ਬੜੇ ਪਾਣੀ ਕਾਰਨ ਘਰਾਂ ਦੀ ਸਥਿਤੀ ਬਹੁਤ ਪਤਲੀ ਆ ਅਤੇ ਜ਼ਮੀਨਾਂ ਤਾਂ ਲੱਭਣੀਆਂ ਪੈਂਦੀਆਂ ਨੇ, ਖੇਤ ਤਲਾਸ਼ਣੇ ਪੈਂਦੇ ਨੇ ਕਿਉਂਕਿ ਰੇਤ ਏ ਰੇਤ ਆ। ਇਸ ਮਾਰ 'ਚੋਂ ਉੱਭਰਨ ਦੇ ਲਈ ਲੰਬੀ ਜੱਦੋਜਹਿਦ ਦੀ ਇੱਕ ਫੇਰ ਜ਼ਿੰਦਗੀ ਨੂੰ ਅਸਲ 'ਚ ਲੀਹ 'ਤੇ ਲਿਆਉਣ ਦੇ ਲਈ ਇੱਕ ਹੋਰ ਸੰਘਰਸ਼। ਇੱਕ ਪਾਸੇ ਘਰਾਂ ਦਾ ਫਿਕਰ, ਛੱਤਾਂ ਦਾ ਫਿਕਰ ਕਿ ਪਰਤ ਤਾਂ ਰਹੇ ਹਾਂ ਪਿੰਡਾਂ ਨੂੰ, ਆਪਣੇ ਘਰਾਂ ਨੂੰ, ਕਿਉਂਕਿ ਉਹ ਭੂਮੀ, ਉਹ ਜ਼ਮੀਨ, ਉਹ ਘਰ ਬਾਰ ਛੱਡ ਨਹੀਂ ਹੁੰਦੇ। ਸੋ ਇਸ ਲਈ ਜਦੋਂ ਉੱਥੇ ਪਰਤੇ, ਕਹਿੰਦੇ ਕਿ ਘਰਾਂ ਦੇ ਅੰਦਰ ਪਾਣੀ ਜਿੰਨਾ ਬੜਿਆ ਸੀ, ਨਹਿਰੀ ਪਾਣੀ, ਬਰਸਾਤੀ ਪਾਣੀ, ਐਂ ਦਰਿਆ ਦਾ ਪਾਣੀ, ਉਹ ਸਾਰਿਆਂ ਕਾਰਨ ਘਰਾਂ ਦੀ ਹਾਲਤ ਬਹੁਤ ਮੁਸਕ, ਮੱਛਰ, ਜੀਵ ਜੰਤੂ, ਇੱਥੋਂ ਤੱਕ ਕਿ ਸੱਪ ਐਂ ਜਾਂ ਕਹਿੰਦੇ ਬਿੱਛੂ, ਇਹ ਵੱਡੀ ਤਾਦਾਦ 'ਚ। ਫਿਰ ਉਸ ਤੋਂ ਬਾਅਦ ਖੇਤਾਂ 'ਚ ਹੁਣ ਜਿੱਥੇ ਫਸਲ ਛੱਡ ਕੇ ਗਏ ਸੀ ਉਹ ਫਸਲ ਤਬਾਹ ਹੋ ਗਈ ਅਤੇ ਹੁਣ ਉੱਥੇ ਕਹਿੰਦੇ ਰੇਤ ਏ ਰੇਤ ਵਿਛਿਆ। ਇੱਕ ਪਾਸੇ ਜੇ ਰੇਤ ਚੁਕਾਉਂਦੇ ਨੇ ਕਹਿੰਦੇ ਤਾਂ ਖਰਚਾ ਆਉਂਦਾ, ਅਤੇ ਜੇ ਸਰਕਾਰ ਮਨਜ਼ੂਰੀ ਦੇ ਦੇਵੇ ਕਿ ਭਾਈ ਠੀਕ ਹੈ ਤੁਸੀਂ ਆਪਣੇ ਖੇਤਾਂ ਨੂੰ ਮੁੜ ਕੇ ਖੇਤ ਬਣਾਉਣਾ ਹੈ ਨਾ, ਫਿਰ ਇਹ ਰੇਤ ਚੁਕਾ ਕੇ ਤੁਸੀਂ ਆਮਦਨ ਵੀ ਕਮਾ ਸਕਦੇ ਹੋ, ਕੀ ਸਰਕਾਰ ਇਹਨਾਂ ਸਰਹੱਦੀ ਖੇਤਰ ਦੇ ਪਿੰਡਾਂ ਵਾਲਿਆਂ ਨੂੰ ਇਹ ਮਨਜ਼ੂਰੀ ਦੇਵੇਗੀ ਕਿ ਇਹ ਪਿੰਡ ਜਿਹੜੇ ਪਾਣੀ ਦੀ ਮਾਰ ਹੇਠ ਆਏ, ਜਿਹੜੇ ਦਰਿਆਵਾਂ ਦੀ ਮਾਰ ਹੇਠ ਆਏ, ਜਿਹੜੇ ਬਰਸਾਤ ਦੇ ਕਾਰਨ ਆਏ ਹੜ੍ਹਾਂ ਕਾਰਨ, ਡੈਮਾਂ ਵੱਲੋਂ ਛੱਡਿਆ ਗਿਆ ਪਾਣੀ ਕਾਰਨ ਇੰਨਾ ਨੁਕਸਾਨਿਆ ਗਿਆ, ਉਹਦੀ ਭਰਪਾਈ ਦੇ ਲਈ ਕੀ ਸਰਕਾਰ ਇਹ ਮਨਜ਼ੂਰੀ ਦੇ ਸਕਦੀ ਆ ਕਿ ਇਹ ਜਿਹਨਾਂ ਖੇਤਾਂ ਦੇ ਵਿੱਚ ਰੇਤ ਆਇਆ ਉਹ ਰੇਤ ਚੱਕ ਕੇ ਬਾਜ਼ਾਰ 'ਚ ਸਰਕਾਰ ਕਹੇ ਕਿ ਅਸੀਂ ਲੈਂਦੇ ਹਾਂ। ਸਰਕਾਰ ਕਹਿੰਦੀ ਆ ਨਾ ਕਿ ਰੇਤ ਤੋਂ ਕਮਾਈ ਬਹੁਤ ਆ ਅਤੇ ਸਾਨੂੰ ਕਰਨੀ ਆ ਗਈ, ਪਹਿਲਿਆਂ ਨੇ ਤਾਂ ਆਪਣਾ ਲੁੱਟਿਆ ਸੀ, ਹੁਣ ਅਸੀਂ ਖਜ਼ਾਨੇ 'ਚ ਭਰਦੇ ਹਾਂ। ਸੋ ਇਹ ਖਜ਼ਾਨੇ ਦੇ ਹਵਾਲੇ ਨਾਲ ਭਾਈ ਲੈ ਲਓ, ਤੁਸੀਂ ਖਰੀਦ ਲਓ ਅਤੇ ਗਾਂ ਵੇਚ ਲਓ, ਸੋ ਘੱਟੋ ਘੱਟ ਉਹਨਾਂ ਦੇ ਖੇਤ ਤਾਂ ਖੇਤ ਬਣ ਜਾਣਗੇ। ਸੋ ਇੱਕ ਤਾਂ ਇਹ ਹਵਾਲਾ, ਦੂਸਰੇ ਪਾਸੇ ਉਹ ਕਹਿੰਦੇ ਕਿ ਕੀ ਫਿਰ ਇਸ ਸਿੱਲੇ ਵੱਲ ਨੂੰ ਵਧੀਆ ਕਿ ਭਾਈ ਜੇ ਨਹੀਂ ਕੋਈ ਚੱਕਦਾ, ਸਰਕਾਰ ਚੱਕਣ ਨਹੀਂ ਆਉਂਦੀ ਜਾਂ ਸਾਨੂੰ ਚੱਕ ਕੇ ਵੇਚਣ ਨਹੀਂ ਦਿੰਦੀ, ਹੈਂ ਤਾਂ ਚੁਕਾਈ ਤਾਂ ਸਾਡੇ ਕੋਲ ਪੈਸੇ ਨਹੀਂ ਹੈਗੇ, ਫਿਰ ਕਿਉਂ ਨਾ ਕੋਈ ਇਹੋ ਜਿਹੀ ਉਹ ਮੂੰਗਫਲੀ ਵਗੈਰਾ ਬੀਜ ਲਈਏ ਕਿ ਭਾਈ ਠੀਕ ਹੈ ਜਿਹੜੀ ਰੇਤ 'ਚ ਹੁੰਦੀ ਹੋਵੇ। ਸੋ ਰੇਗਿਸਤਾਨ ਤਾਂ ਬਣੇ ਗਏ ਸਾਡੇ ਖੇਤ, ਨਾ ਥੋ ਢਕਣਾ ਲੱਭਦਾ, ਕਈ ਦਰਿਆ ਦੇ ਵਿੱਚ ਆ ਗਏ ਹੈ ਨਾ, ਕਈਆਂ ਦਾ ਪਤਾ ਹੀ ਨਹੀਂ ਗਾ ਕਿਹਦੀ ਹੱਦ ਕਿੱਥੇ ਤੱਕ ਹੈ, ਦੁਬਾਰਾ ਮਿਣਤੀਆਂ ਸਿਣਤੀਆਂ ਕਰਨੀਆਂ ਪੈਣੀਆਂ। ਉਹ ਮਿਣਤੀਆਂ ਸਿਣਤੀਆਂ ਤੋਂ ਯਾਦ ਆਇਆ ਕਿ ਮਿਣਤੀਆਂ ਸਿਣਤੀਆਂ ਕਰਨੀਆਂ ਕਿ ਨਹੀਂ, ਪਟਵਾਰੀਆਂ ਨੇ, ਪਟਵਾਰੀਆਂ ਨਾਲ ਤਾਂ ਪੇਚਾ ਪੈ ਗਿਆ। ਅਗਲੇ ਕਹਿੰਦੇ ਜੀ ਰਿਸ਼ਵਤਖੋਰ ਨੇ, ਚਲੋ ਇਹ ਤਾਂ ਪੰਜਾਬ ਵੀ ਕਈ ਵਾਰ ਕਹਿੰਦਾ, ਪੰਜਾਬ ਦੇ ਲੋਕ ਵੀ ਕਹਿੰਦੇ, ਪਰ ਜੇ 2-4-10-20 ਜਾਂ ਅੱਧੇ ਜਾਂ ਅੱਧੇ ਤੋਂ ਵੱਧ ਹੈ ਕਿਸੇ ਵਿਭਾਗ ਦੇ ਵਿੱਚ ਕੋਈ ਭ੍ਰਿਸ਼ਟਾਚਾਰੀ ਆ, ਤਾਂ ਇਹ ਤਾਂ ਨਹੀਂ ਕਿ ਸਾਰੇ ਬੰਦੇ ਭ੍ਰਿਸ਼ਟਾਚਾਰੀ ਆ। ਸੋ ਇਸ ਲਈ ਹਰ ਪਟਵਾਰੀ ਤਾਂ ਭ੍ਰਿਸ਼ਟਾਚਾਰੀ ਹੋ ਨਹੀਂ ਸਕਦਾ, ਪਰ ਸਾਰੇ ਇਮਾਨਦਾਰ ਵੀ ਨਹੀਂ ਹੈਗੇ, ਪਰ ਸਰਕਾਰ ਦੀ ਨੀਤੀ 'ਤੇ ਵੀ ਸਵਾਲ ਖੜ੍ਹੇ ਹੋ ਗਏ, ਸਰਕਾਰ ਦੇ ਢੰਗ ਤਰੀਕੇ 'ਤੇ ਵੀ ਸਵਾਲ ਖੜ੍ਹੇ ਹੋ ਗਏ। ਸਰਕਾਰ ਤਾਂ ਬਾਹਰਲੇ ਸੂਬਿਆਂ 'ਚ ਜਾ ਕੇ ਪ੍ਰਚਾਰ ਦੇ ਦੌਰਾਨ ਇਹ ਵੀ ਕਹਿਣ ਲੱਗ ਗਈ ਅਸੀਂ ਢੰਗ 'ਤੇ ਰਿਸ਼ਵਤ ਲੈਂਦੇ ਸੀ, ਆਹ ਕਰਤਾ, ਅਤੇ ਉੱਧਰੋਂ ਕਹਿੰਦੇ ਨਾ ਅਸੀਂ ਟਸ ਤੋਂ ਮਸ ਹੈ, ਸਰਕਾਰ ਕਹਿੰਦੀ ਨਾ ਅਸੀਂ ਟਸ ਤੋਂ ਮਸ ਹੈ, ਪਰ ਮਾਹਰ ਕਹਿੰਦੇ ਨਹੀਂ ਸਰਕਾਰ ਯੂਟਰ ਲੈਣ 'ਚ ਮਾਹਰ, ਜੋ ਪੰਚਾਇਤੀ 'ਚ ਹੋਇਆ ਉਹ ਇੱਥੇ ਵੀ ਹੋ ਸਕਦਾ। ਸੋ ਇਸ ਲਈ ਕਹਿੰਦੇ ਕਿ ਫਿਕਰ ਨਾ ਕਰਿਓ, ਪਰ ਉਹ ਕਹਿੰਦੇ ਕਲਮ ਛੋੜ ਹੜਤਾਲ ਸਾਡੀ ਉੱਥੇ ਉੱਥੇ ਹੈ ਜੀ, ਜਿੱਥੇ ਜਿੱਥੇ ਸਾਨੂੰ ਵਾਧੂ ਚਾਰਜ ਦਿੱਤਾ। ਸੋ 3000 ਤੋਂ ਵਾਧੂ ਥਾਵਾਂ ਨੇ ਜਿੱਥੇ ਪਟਵਾਰੀਆਂ ਕੋਲੋਂ ਪੰਜਾਬ 'ਚ ਵਾਧੂ ਚਾਰਜ ਸੀ। ਸੋ ਉਹਨਾਂ 3000 ਥਾਵਾਂ 'ਤੇ ਕਹਿੰਦੇ ਸਾਡੀ ਕਲਮ ਛੋੜ ਹੜਤਾਲ ਆ, ਜਿੱਥੇ ਸਾਡੀ ਨਿਯੁਕਤੀ ਆ ਉੱਥੇ ਅਸੀਂ ਕਲਮ ਫੜੀ ਰੱਖਾਂਗੇ, ਇਸ ਲਈ ਸਾਡਾ ਫਾਰਮੂਲਾ ਵੀ ਚੱਲਣਾ ਅਤੇ ਸਾਡੀ ਕਲਮ ਵੀ ਛੁੱਟ ਜਾਣੀ। ਉੱਧਰ ਕਹਿੰਦੇ ਜੀ ਪੰਜਾਬ ਦੇ ਪਿੰਡ ਪ੍ਰਭਾਵਿਤ ਹੋ ਗਏ, 4-5 ਹਜ਼ਾਰ ਪਿੰਡਾਂ ਦੀਆਂ ਪੰਚਾਇਤਾਂ ਪ੍ਰਭਾਵਿਤ ਹੋ ਗਈਆਂ ਇਸ ਕੰਮ ਨਾਲ। ਸੋ ਪਟਵਾਰੀਆਂ ਦੀ ਕਮੀ ਵੀ ਆ,
ਤੇ ਪਟਵਾਰੀਆਂ ਨਾਲ ਪੇਚਾ ਵੀ ਆ ਅਤੇ ਇੱਧਰ ਜਿਹੜੇ ਜਿਨ੍ਹਾਂ ਦੀ ਜ਼ਮੀਨਾਂ 'ਚ ਰੇਤ ਚੜਿਆ ਉਹ ਕਹਿੰਦੇ ਭਾਈ ਸਾਡੀ ਮਿਣਤੀ ਸਿਣਤੀ ਕੌਣ ਕਰੂਗਾ। ਇਹ ਵੀ ਇੱਕ ਪਹਿਲੂ।